ਸਤਿਗੁਰੂ ਬਾਬਾ ਜੀ। हाँ जी हाँ जी ਵੈਰਕਾਲ ਸਾਹਿਬ ਜੀ ਫਤਿਹ ਜੀ। ਕੀ ਨਾਮ ਹੈ ਬਾਬਾ ਜੀ ਤੁਹਾਡਾ? ਮੇਰਾ ਨਾਮ ਜੀ ਹਰਜੀਤ ਸਿੰਘ ਜੀ। ਕਿੱਥੋਂ ਆਏ ਤੁਸੀਂ? ਤਰਨ ਤਾਰਨ ਸਾਹਿਬ ਜ਼ਿਲ੍ਹਾ ਜੀ, ਆਪਾਂ ਪਿੰਡ ਖੇਦਾ ਤਹਿਸੀਲ ਖਡੂਰ ਸਾਹਿਬ ਜੀ। ਅੱਛਾ, ਹਾਂ ਜੀ। ਇਹ ਤੁਹਾਨੂੰ ਬਾਬਾ ਸ਼ੇਰ ਦੀ ਦਿੱਕਤ ਕਿੰਨੇ ਟਾਈਮ ਤੋਂ ਸੀ? ਆਪਾਂ ਨੂੰ ਤਕਰੀਬਨ 10 ਸਾਲ ਤੋਂ ਜੀ, ਬਹੁਤ ਆਪਾਂ ਇਲਾਜ ਕਰਾਇਆ ਇੱਥੇ ਪਰ ਨਹੀਂ ਕਿਤੇ ਸੁਧਰਿਆ, ਤੇ ਫਿਰ ਆਪਾਂ ਨੂੰ ਫਿਰ ਇਹ ਹਸਪੀਟਲ ਬਹੁਤ ਵਧੀਆ ਲੱਗਾ ਹੈ ਠੀਕ ਤੇ ਹੈ। ਆਪਣਾ ਇੱਥੇ ਬਹੁਤ ਵਧੀਆ ਇਲਾਜ ਹੋਇਆ ਵਾ ਜੀ। ਇਹ ਰਾਣਾ ਹਸਪੀਟਲ ਦਾ ਤੁਹਾਨੂੰ ਕਿਵੇਂ ਹਾਂਜੀ, ਪਤਾ ਲੱਗਿਆ? ਇਹ ਰਾਣਾ ਹਸਪੀਟਲ ਦਾ ਆਪਣੇ ਨਾ ਪਹਿਲਾਂ ਵੀ ਆਪਣੇ ਪਰਿਵਾਰ ਦੇ ਵਿੱਚ ਇੱਕ ਮੈਂਬਰ ਦਾ ਹੋਇਆ, ਜੋ 12 ਸਾਲ ਪਹਿਲਾਂ ਉਹ ਠੀਕ ਠਾਕ ਆ ਚੜ੍ਹਦੀ ਕਲਾ। ਅੱਛਾ, ਪਹਿਲਾਂ ਵੀ ਤੁਹਾਡੇ ਫੈਮਿਲੀ ਮੈਂਬਰ ਹਾਂਜੀ, 10 12 ਫੈਮਿਲੀ ਸਾਲ ਪਹਿਲਾਂ ਕਰਾ ਮੇਰੇ ਗਏ? ਭਰਾ ਦਾ ਹੋਇਆ। ਹਾਂਜੀ ਅੱਛਾ, ਤੁਹਾਡੇ ਭਰਾ ਦਾ ਹੋਇਆ? ਹਾਂਜੀ ਹਾਂਜੀ ਠੀਕ ਹੈ। ਤੇ ਉਹਨਾਂ ਨੂੰ ਦੇਖ ਕੇ ਫਿਰ ਤੁਸੀਂ ਆਏ? ਹਾਂਜੀ ਹਾਂਜੀ। ਫਿਰ ਤੁਸੀਂ ਇੱਥੇ ਆਏ, ਆਪਣਾ ਡਾਕਟਰ ਨੂੰ ਮਿਲੇ, ਇਲਾਜ ਕਰਾਇਆ, ਕਿਵੇਂ ਦਾ ਮਹਿਸੂਸ ਹੋਇਆ? ਬਹੁਤ ਵਧੀਆ ਜੀ, ਬਹੁਤ ਵਧੀਆ, ਚੜ੍ਹਦੀ ਕਲਾ ਲਏ ਆ, ਬਹੁਤ ਵਧੀਆ ਪ੍ਰੇਮ ਪਿਆਰ ਨਾਲ ਗੱਲਬਾਤ ਸੁਣਦੇ ਆ ਜੀ ਸਾਰਿਆਂ ਦੀ। ਆਪਰੇਸ਼ਨ 'ਚ ਕੋਈ ਤਕਲੀਫ ਤਾਂ ਨਹੀਂ ਹੋਈ? ਨਹੀਂ ਨਹੀਂ ਜੀ, ਬਹੁਤ ਕੋਈ ਪਤਾ ਨਹੀਂ ਲੱਗਦਾ ਜੀ ਕਿਹੜੇ ਕੋਈ ਪ੍ਰਸ਼ਨ ਹੋ ਪਤਾ ਜਾਂਦਾ। ਨਹੀਂ ਲੱਗਿਆ ਹੈਗਾ? ਹਾਂਜੀ ਹਾਂਜੀ ਠੀਕ ਹੈ। ਬਾਕੀ ਹੁਣ ਬਹੁਤ ਤੁਸੀਂ ਵਧੀਆ ਰਲਾ ਇਹਨਾਂ ਦਾ ਹਸਪੀਟਲ ਦਾ। ਆਪਰੇਸ਼ਨ ਤੋਂ ਬਾਅਦ ਕੋਈ ਪਰੇਸ਼ਾਨੀ ਆਈ ਹੋਵੇ? ਨਹੀਂ ਜੀ, ਆਵੇ ਵਧੀਆ ਵਾ ਖਲੋਤੇ ਆ। ਠੀਕ ਹੈ ਸਾਰਾ ਕੁਝ? ਹਾਂਜੀ ਹਾਂਜੀ ਹਾਂਜੀ, ਚੜ੍ਹਦੀ ਤੁਸੀਂ ਕਲਾ। ਹਸਪਤਾਲ ਦੀ ਸਰਵਿਸ ਤੋਂ ਸੈਟੀਸਫਾਈਡ ਹੋ? ਹਾਂਜੀ ਹਾਂਜੀ, ਬਹੁਤ ਵਧੀਆ, ਬਹੁਤ ਡਾਕਟਰ ਜੀ ਨੂੰ ਮਿਲੇ ਤੁਸੀਂ ਕਿਵੇਂ ਲੱਗਿਆ? ਡਾਕਟਰ ਸਾਹਿਬ ਵੀ ਬਹੁਤ ਵਧੀਆ ਜੀ, ਚੜ੍ਹਦੀ ਕਲਾ ਰਹੇ ਆ, ਬਹੁਤ ਵਧੀਆ ਪ੍ਰੇਮ ਪਿਆਰ ਨਾਲ ਗੱਲ ਸੁਣੀ ਸਾਡੀ ਉਹਨਾਂ। ਠੀਕ ਹੈ ਬਾਬਾ ਜੀ, ਇਹ ਪ੍ਰੋਬਲਮ ਨਾਲ ਬਹੁਤ ਲੋਕ ਪੀੜਿਤ ਨੇ। ਹਾਂਜੀ ਹਾਂਜੀ। ਤੇ ਉਹ ਡਰਦੇ ਮਾਰੇ ਇਲਾਜ ਨਹੀਂ ਕਰਾਉਂਦੇ ਹੈਗੇ? ਡਰਦੇ ਮਾਰੇ ਉਹ ਲੋਕ ਕਹੀ ਜਾਂਦੇ ਰਹਿੰਦੇ ਪ੍ਰੈਸ਼ਰ ਨਾ ਕਰਾਓ, ਐਂ ਜੋ ਆ ਬਾਬਾ ਜੀ ਕਰਾਉਣਾ ਚਾਹੀਦਾ ਵੈ, ਇਹ ਆਪਾਂ ਐਵੇਂ ਇਲਾਜ ਦੇ ਨਾਲ ਤੁਰੇ ਫਿਰਦੇ ਰਹਿੰਦੇ ਹਾਂ, ਪਰ ਇਹਦੀ ਨਗੇਲੀ ਨਹੀਂ ਕਰਨੀ ਚਾਹੀਦੀ ਹੈ। ਜਦੋਂ ਵੀ ਪਤਾ ਲੱਗਦਾ ਨਾ, ਉਦੋਂ ਤੁਰੰਤ ਇੱਥੇ ਰਾਣਾ ਹਸਪੀਟਲ ਆਓ, ਇੱਥੇ ਬਹੁਤ ਵਧੀਆ ਉਪਰਾਲਾ ਵਾ ਜੀ ਹਸਪੀਟਲ ਦਾ। ਹਾਂਜੀ, ਲੈਜਰ ਮਸ਼ੀਨਾਂ ਦੇ ਨਾਲ, ਦੂਸਰੇ ਦੂਰਬੀਨ ਵਾਲੀਆਂ ਮਸ਼ੀਨਾਂ ਦੇ ਨਾਲ ਬਹੁਤ ਵਧੀਆ ਇੱਥੇ ਓਪਰੇਸ਼ਨ ਹੁੰਦੇ ਆ ਜੀ। ਹਾਂਜੀ, ਅਤੇ ਬਹੁਤ ਵਧੀਆ ਇੱਥੇ ਸਟਾਫ, ਬਹੁਤ ਵਧੀਆ ਪ੍ਰੇਮ ਪਿਆਰ ਨਾਲ ਗੱਲ ਸੁਣਦਾ, ਬਹੁਤ ਵਧੀਆ ਇਲਾਜ ਕਰਦੇ ਸਾਰੇ। ਠੀਕ ਹੈ ਬਾਬਾ ਜੀ, ਸਤਿ ਸ਼੍ਰੀ ਅਕਾਲ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਧੰਨਵਾਦ ਜੀ ਵੈਰਕਾਲ ਸਾਹਿਬ। ਰਾਣਾ ਹਸਪੀਟਲ ਕੀ ਯਹੀ ਹੈ ਰੀਤ, ਫਿਸ਼ਚੁਲਾ ਪਰ ਹੋਗੀ ਸਦਾ ਹੀ ਜੀਤ।